ਅੱਛਾ ਅਰਸ਼ਦੀਪ ਦੇ ਨਾਲ ਬਦਤਮੀਜ਼ੀ ਕਰਨ ਵਾਲੇ ਕੌਣ ਲੋਕ ਸੀ ਦੁਬਈ 'ਚ ਦੇਖੋ ਜੀ ਆ ਪਤਾ ਲੱਗਾ ਜੀ ਕਿ ਦੁਬਈ ਤੋਂ ਜਿਹੜੀ ਵੀਡੀਓ ਆਈ ਆ ਬੜੇ ਵੱਡੇ ਪੱਧਰ ਤੇ ਵਾਇਰਲ ਹੋਈ ਆ ਇਹ ਵੀਡੀਓ ਇਸ ਵੀਡੀਓ ਨੂੰ ਮੈਂ ਵੀ ਦੇਖਿਆ ਇਹਦੇ ਵਿੱਚ ਸ਼੍ਰੀਲੰਕਾ ਦੇ ਨਾਲ ਜੱਕਸੇ ਦੇਸ਼ ਦੇ ਨਾਲ ਮੈਚ ਹੋਇਆ ਉਸ ਤੋਂ ਬਾਅਦ ਖਿਡਾਰੀ ਆ ਨਾ ਜਿਹੜੇ ਉਹ ਬੱਸ ਦੇ ਵਿੱਚ ਬੈਠ ਰਹੇ ਆ ਬਾਕੀ ਬੈਠ ਗਿਆ ਅਰਸ਼ਦੀਪ ਰਹਿੰਦਾ ਉਹ ਹੁਣ ਬੱਸ ਦੇ ਵਿੱਚ ਬਹਿਣ ਲੱਗਾ ਤੇ ਇੱਕ ਨੌਜਵਾਨ ਆ ਜਿਹੜਾ ਉਹ ਵੀਡੀਓ ਬਣਾ ਰਿਹਾ ਆਪਣੇ ਮੋਬਾਈਲ ਦੇ ਉੱਤੇ ਤੇ ਉਹ ਉੱਚੀ ਆਵਾਜ਼ ਦੇ ਵਿੱਚ ਕਹਿੰਦਾ ਵੀ ਆ ਜਾ ਆ ਜਾ ਸਰਦਾਰ ਚਲੋ ਕੈਚ ਕੂਚ ਤਾਂ ਛੋਟੀ ਜਾਂਦੇ ਹੁੰਦੇ ਫਿਰ ਤੇ ਐਦਾਂ ਉਹਨੇ ਚੱਬ ਕੇ ਗੱਲ ਕੀਤੀ ਉਹਨੇ ਟਾਂਚ ਜੀ ਕੀਤੀ ਆ ਜਿਹੜੇ ਉੱਥੇ ਅਧਿਕਾਰੀ ਆ ਉਹਨਾਂ ਨੇ ਫਿਰ ਉਸ ਮੁੰਡੇ ਦੀ ਚੰਗੀ ਪਤੀੜ ਪੁਆਈ ਆ ਕਿਉਂਕਿ ਸਾਡੇ ਸੁਭਾਅ ਦੇ ਵਿੱਚ ਸ਼ਰਾਰਤ ਸਾਡੇ ਸੁਭਾਅ ਦੇ ਵਿੱਚ ਆਰ ਲਾਉਣੀ ਸਾਡੇ ਸੁਭਾਅ ਦੇ ਵਿੱਚ ਅਵੱਲੀ ਮੂਰਖਤਾ ਵਾਲੀ ਗੱਲ ਕਰਨੀ ਇਹ ਤਾਂ ਹੈਗੀ ਆ ਨਾ ਕਿਉਂਕਿ ਉਸ ਬੰਦੇ ਨੇ ਜਿਹੜੀ ਗੱਲ ਕਹੀ ਆ ਉਹਨੇ ਕਦੇ ਬੱਲਾ ਨਹੀਂ ਫੜਿਆ ਹੋਣਾ ਜ਼ਿੰਦਗੀ 'ਚ ਉਹਨੇ ਕਦੇ ਕੋਈ ਖੇਡ ਨਹੀਂ ਖੇਡ ਕੇ ਦੇਖੀ ਹੋਣੀ ਪਰ ਕਿਉਂਕਿ ਇਹ ਲੋਕੇ ਇੰਨੇ ਚ ਮਹਾਨਤਾ ਸਮਝਦੇ ਵੇ ਮੈਂ ਤਾਂ ਉਹ ਟੀਚਰ ਕਰਤੀ ਮੈਂ ਤੁਹਾਨੂੰ ਆ ਗੱਲ ਕਹਤੀ ਪਰ ਜਿਹੜੇ ਉੱਥੇ ਅਧਿਕਾਰੀ ਸੀ ਉਹਨਾਂ ਨੇ ਉਹਨੂੰ ਚੰਗੀ ਝਾੜ ਪਾਈ ਆ ਫਿਰ ਸੌਰੀਆਂ ਮੰਗਦਾ ਫਿਰੇ ਵੀ ਸੌਰੀ ਉਹ ਕਹਿੰਨੇ ਵੀ ਤੈਨੂੰ ਖੇਡ ਭਾਵਨਾ ਦਾ ਨਹੀਂ ਪਤਾ ਤੈਨੂੰ ਪਤਾ ਨਹੀਂ ਖਿਡਾਰੀਆਂ ਦਾ ਸਨਮਾਨ ਕੀ ਹੁੰਦਾ ਤੈਨੂੰ ਇੱਕ ਪਲੇਅਰ ਦੇ ਨਾਲ ਡੀਲ ਕਰਨ ਦੀ ਅਕਲ ਹੈ ਨਹੀਂ ਸੋ ਇਹ ਬੰਦਾ ਕਹਿ ਕੇ ਬਾਅਦ ਵਿੱਚ ਬੜਾ ਸ਼ਰਮਿੰਦਾ ਹੋਇਆ ਜੀ